दैनिक सवेरा अंधेरे से उजाले की ओर। सूरानसी के पास तेज रफ्तार इंडिका कार ने सवारी उतारने के लिए रुके एक ऑटो को जोरदार टक्कर मार दी। टक्कर इतनी जबरदस्त थी कि ऑटो और कार बुरी तरह से क्षतिग्रस्त हो गए। तेज रफ्तार कार की टक्कर से ऑटो 15 फुट दूर तक जा गिरा, जिस कारण ऑटो सवार दो व्यक्ति बुरी तरह से घायल हो गए, जिन्हें लोगों की मदद से सिविल अस्पताल में दाखिल करवाया गया। जब इस संबंध में थाना 1 के एएसआई जगदीश कुमार से बात की गई, तो उन्होंने कहा कि फिलहाल पुलिस मामले की जांच कर रही है। ਭਾਜੀ ਇਧਰੋਂ ਨਾ ਆਪਣਾ ਆਟੋ ਆ ਰਿਹਾ ਸੀਗਾ DAV ਤੋਂ ਤੇ ਇਧਰੋਂ ਭਾਜੀ ਗੱਡੀ ਆ ਰਹੀ ਸੀ ਇੰਡੀਕਾ ਵਿਸਟਾ ਤੇ ਰੋਂਗ ਸਾਈਡ ਭਾਜੀ ਉਹ ਗੱਡੀ ਆ ਰਹੀ ਸੀਗੀ ਤੇ ਉਹਨੇ ਗੱਡੀ ਨੇ ਭਾਜੀ ਮਤਲਬ ਕਿ ਬ੍ਰੇਕ ਆਟੋ ਵਾਲੇ 'ਚ ਮਾਰਤੀ ਤੇ ਬ੍ਰੇਕ ਲਾਉਣ ਦੇ ਬਜਾਏ ਉਹਨੇ ਰੇਸ 'ਤੇ ਪੈਰ ਦਿੱਤਾ ਤੇ ਪੂਰੀ ਕਿੜੀ ਧਾਕੇ ਲੈ ਗਿਆ ਉਹਨੂੰ ਆਟੋ ਦੇ ਆਟੋ ਨੂੰ ਪਿੱਛੇ ਤਾਰਾਂ ਦੇ ਵਿੱਚ ਲੈ ਗਿਆ ਤੇ ਉਹਦੇ 'ਚ 3 ਬੰਦੇ ਭਾਜੀ ਗਾਇਲ ਹੋਏ ਜਿਹਨਾਂ ਨੂੰ ਸਾਡੀ ਮਰਨ ਦਾ ਸੈਗਰਟ ਹੋਸਪਿਟਲ ਪਹੁੰਚਾਇਆ ਗਿਆ। ਪੀਤੀ ਵੀ ਸੀਗੀ ਔਰ ਕੋ ਖੜਾ ਵੀ ਨਹੀਂ ਹੋਇਆ ਜਾ ਰਿਹਾ ਸੀ ਮੌਕੇ ਤੇ ਤੇ ਭਾਜੀ ਉਹ ਨਿਕਲ ਗਿਆ ਮਤਲਬ ਕਿ ਉਹਨੇ ਦੇਖਿਆ ਉਹਨਾਂ ਦਾ ਨਹੀਂ ਭਾਜੀ ਹਜੇ ਤੱਕ ਹਾਲਤ ਉਹਨਾਂ ਦੀ ਗੰਭੀਰ ਹੀ ਆ ਮਤਲਬ ਕਿ ਉਹਨਾਂ ਨੂੰ ਹਜੇ ਹੋਸਪਿਟਲ ਪਹੁੰਚਾਇਆ ਗਿਆ।